ਪਿਤੇ ਦਿਨ ਹੀ ਪੰਜਾਬ ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੋਤਾਂ ਵਾਲੇ ਮਾਮਲੇ ਨੂੰ ਲੈ ਕੇ ਸੂਬਾ ਭਾਜਪਾ ਯੁਵਾ ਮੋਰਚਾ ਵੱਲੋਂ ਸਮੂਹ ਹਲਕਾ ਵਿਧਾਇਕਾਂ ਦੇ ਘਰ ਮੂਰੇ ਰੋਸ ਪ੍ਰਦਰਸ਼ਨ ਕਰਨ ਦੇ ਪ੍ਰੋਗਰਾਮ ਉਲੀਕੇ ਗਏ ਸਨ ਜਿਸ ਤਹਿਤ ਮੁਕੇਰੀਆਂ ਵਿਖੇ ਵੀ ਭਾਜਪਾ ਯੁਵਾ ਮੋਰਚਾ ਵੱਲੋਂ ਵਿਧਾਇਕਾ индуਬਾਲਾ ਦੇ ਘਰ ਮੂਰੇ ਰੋਸ ਪ੍ਰਦਰਸ਼ਨ ਕੀਤਾ ਗਿਆ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਤਰਨਾਕਾਰੀਆਂ ਨੂੰ ਵਿਧਾਇਕਾਂ ਦੇ ਘਰ ਦੇ ਕਾਫੀ ਪਿੱਛੇ ਹੀ ਰੋਕ ਲਿਆ ਗਿਆ ਸੀ ਇਸ ਦੌਰਾਨ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਯੁਵਾ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ ਸਾਬਤ ਹੋਈ ਹੈ ਤੇ ਪਿਛਲੇ ਸਮੇਂ ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਉਸ ਦੇ ਲਈ ਵੀ ਕਾਂਗਰਸ ਸਰਕਾਰ ਹੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ ਮੁਕੇਰੀਆਂ ਤੋਂ ਹੁਸ਼ਿਆਰਪਰ ਨਿਊਜ਼ ਦੇ ਨਾਲ ਦਿਲਬਖ ਗੁਰਾਇਆ ਦੀ ਰਿਪੋਰਟ ਅੱਜ ਅਸੀਂ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜਿਸ ਕਰ ਸਾਡੇ ਪੰਜਾਬ ਪ੍ਰਦੇਸ਼ ਵੱਲੋਂ ਜੋ ਆਇਆ ਕਿ ਪੂਰੇ ਪੂਰੇ ਪੰਜਾਬ 'ਚ ਜਿਨ੍ਹਾਂ ਜ਼ਿਲ੍ਹਾ ਯੁਵਾ ਮੋਰਚਾ ਉਹ ਸਭ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਕਾਂਗਰਸ ਖਿਲਾਫ ਕੈਪਟਰ ਅਮਰਿੰਦਰ ਸਿੰਘ ਖਿਲਾਫ ਜੋ ਕਿ ਨਸ਼ੇ ਦੇ ਵਪਾਰੀ ਬਣੇ ਨੇ ਜੋ ਐਮਐਲਏ ਸਭ ਦਾ ਵਿੱਚ ਹੱਥ ਆ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਜੀ ਆਪਣੇ ਪਾਰਟੀ ਤੋਂ ਕਿਉਂ ਦੇਣਾ ਚਾਹੀਦਾ ਜੀ ਇਸ ਤੇ ਜੈਰੀਲੀ ਸ਼ਰਾਬ ਦੇ ਵਿੱਚ ਜਿਹੜੇ ਐਮਐਲਏ ਆ ਜੋ ਵੀ ਕਾਂਗਰਸ ਦੇ ਲੀਡਰ ਆ ਉਹ ਵਿੱਚ ਮਿਲੇ ਨੇ ਉਹ ਸ਼ਰਾਬ ਦੇਖਿਆ ਤੋਂ ਨਹੀਂ ਜਿਹੜੀ ਦੋ ਨੰਬਰ ਦੀ ਸ਼ਰਾਬ ਵਿਕਦੀ ਆ ਜੀ ਉਹਦਾ ਬਹੁਤ ਜ਼ਿਆਦਾ ਮੰਤਰੀਆਂ ਦਾ ਵਿੱਚ ਹੱਥ ਪੂਰਾ ਆ ਇਸ ਕਰਕੇ ਬੇਕਸੂਰ ਲੋਕਾਂ ਦੀ ਮੌਤਾਂ ਹੋ ਰਹੀਆਂ ਨੇ